ਵੈਲਕਮ ਉਮੀਦ ਹੈ ਤੁਸੀਂ ਖੈਰੀਅਤ ਨਾਲ ਹੋਗੇ ਤੇ ਅੱਜ ਅਸੀਂ ਮੈਂ ਆਇਆ ਜੀ ਗਰਾਊਂਡ ਵਿੱਚ ਠੀਕ ਹੈ ਜੀ ਤੇ ਫੁੱਟਬਾਲ ਦਾ ਮੈਚ ਹੋ ਰਿਹਾ ਆਪਣੇ ਗਰਾਊਂਡ ਵਿੱਚ ਇਹ ਵੀ ਭਰਾ ਵੇਖਣ ਆਏ ਨੇ ਸਾਡੇ ਨਾਲ ਠੀਕ ਹੈ ਜੀ ਤੇ ਹੁਣ ਅਸੀਂ ਜਾਂਦੇ ਹਾਂ ਤੇ ਤੁਹਾਨੂੰ ਪਕਾਇਆ ਵੀਡੀਓ ਵਿਖਾਉਂਦੇ ਹਾਂ ਉੱਥੇ ਵਲੌਗ ਬਣਾ ਕੇ ਠੀਕ ਹੈ ਜੀ ਹਾਂ ਇਹਦਾ ਨਾਮ ਕੀ ਹੈ ਹਲਾ 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 ਭੱਜਿਆ ਹੀ ਇੱਧਰ 11 ਵਾਲਾ ਇੱਧਰ ਜੀ ਚੌਥੀ ਚੱਕ ਵਾਲਾ ਪਲੇਅਰ ਇਹ 11 ਵਾਲਾ ਛਕੜ ਗਿਆ ਜੀ ਇਹ ਸ਼ਾਬਾਸ਼ ਹੋਰ ਜੀ ਉਹਨੇ ਉਂਝ ਹੀ ਸ਼ਾਟ ਮਾਰੇ ਬਾਉਂਡਰੀ ਨੂੰ ਬਾਹਰ ਸੈੱਟ ਦਿੱਤੀ ਇਹ ਸਾਡੇ ਪਿੰਡ ਦਾ ਨਵਾਂ ਬਲੌਗਰ ਹੈ ਬਾਲ ਬਾਹਰ ਸੈੱਟ ਦਿੱਤੀ ਕੈਮਰਾ ਕੋਲ ਬੈਠੇ ਕੈਮਰਾ ਵੈਸੇ ਬੜਾ VIP ਹੈ ਜਿਹੜਾ ਕੈਮਰਾ ਹੈ ਜੀ ਆਸੂ ਖਾਨ ਉਰਫ ਡੱਡੂ ਸ਼ਾਟ ਖੇਲਣਗੇ ਹੁਣ ਸ਼ਾਟ ਮਾਰਨਗੇ ਸ਼ਾਟ ਸਟੋਰੀ ਖੇਲਣਗੇ ਹਿੱਟ ਮਾਰਨਗੇ ਇਹ ਉਹ ਹਿੱਟ ਮਾਰੂ ਇਹ ਗੋਲ ਕਰ ਦਿੱਤਾ ਆਸੂ ਦੀ ਮਿਹਨਤ ਰੰਗ ਲਾਈ ਠੀਕ ਹੈ ਜੀ ਇਹ ਜੀ ਨਵਾਂ ਸਾਡੇ ਪਿੰਡ ਦਾ ਵਲੌਗਰ ਹੈ ਇਹਨੂੰ ਸਪੋਰਟ ਕਰਿਓ ਠੀਕ ਹੈ ਜੀ ਯਾਰਾਂ ਚੱਕ ਬਾ ਮੁਕਾਬਲਾ ਚੌਥੀ ਚੱਕ ਹੈ ਜੀ 11 ਚੱਕ ਜੀ ਟੋਪ 'ਤੇ ਜਾ ਰਹੀ ਹੈ ਫਿਲਹਾਲ 2 ਗੋਲਾਂ ਦੇ 2 ਗੋਲ ਕਰਕੇ ਨਾ ਚੌਥੀ ਚੱਕ ਨੂੰ 2 ਗੋਲ ਕੀਤੇ ਅਤੇ ਟੋਪ 'ਤੇ ਆ ਪਹਿਲੇ ਨੰਬਰ ਜਾ ਰਹੀ ਹੈ ਕਿਉਂਕਿ ਚੌਥੀ ਚੱਕ ਨੇ ਇੱਕ ਵੀ ਨਹੀਂ ਗੋਲ ਕੀਤਾ ਇੱਧਰ ਮਾਸ਼ਾਅੱਲਾ ਬੜੇ ਅੱਛੀ ਪਰਫਾਰਮੈਂਸ ਕਰ ਰਹੇ ਨੇ 11 ਚੱਕ ਵਾਲੇ ਜੀ ਕ੍ਰਿਕਟ ਦੇ ਨਾਮ ਆਇਆ ਪਲੇਅਰ ਜੀ ਇੱਥੇ ਕ੍ਰਿਕਟ ਦਾ ਵੀ ਬੱਚਿਆਂ ਦਾ ਮੈਚ ਹੋ ਰਿਹਾ ਜੀ ਇਹ ਬੱਚੇ ਦਾ ਭਾਈ ਜੀ ਖਾਬ ਹੈ ਵੱਡੇ ਹੋ ਕੇ ਕ੍ਰਿਕਟ ਇੰਟਰਨੈਸ਼ਨਲ ਕ੍ਰਿਕਟਰ ਬਣਨ ਦਾ ਅੱਲਾ ਪਾਕ ਦਾ ਖਾਬ ਪੂਰਾ ਕਰਿਆ ਜੀ ਠੀਕ ਹੈ ਜੀ ਮਜ਼ਾ ਆ ਰਿਹਾ ਇਹ ਜੀ ਸਾਡਾ ਜਨਾਬ ਟਿੱਕੀਆਂ ਖਾ ਰਿਹਾ ਜੀ ਗਰਾਉਂਡੇ ਆਇਆ ਤਾਂ ਟਿੱਕੀਆਂ ਲਾਇਆ ਤੇ ਮਾਮਾ ਨਾ ਠੀਕ ਹੈ ਜੀ ਜੀ ਮਾਸ਼ਾਅੱਲਾ 11 ਦੀ ਟੀਮ ਫੁੱਲ ਕੋਸ਼ਿਸ਼ ਕਰ ਰਹੀ ਹੈ ਜਿੱਤਣ ਵਾਸਤੇ ਠੀਕ ਹੈ ਜੀ ਜੀ ਸਾਡੇ ਪਿੰਡ ਵਿੱਚ ਫੁੱਟਬਾਲ ਦਾ ਮੈਚ ਹੋ ਰਿਹਾ ਅਭੀ ਦੁਨੀਆ ਪੇ ਆਏ ਨਹੀਂ ਰੋਲੇ ਪਹਿਲੇ ਆ ਗਏ ਜੀ ਇੱਕ 11 ਦੀ ਟੀਮ ਹੈ ਅਤੇ ਇੱਕ ਚੌਥੀ ਚੱਕ ਦੀ ਠੀਕ ਹੈ ਜੀ ਨੀਲੀਆਂ ਸ਼ਰਟਾਂ ਵਾਲੇ ਨੇ ਚੌਥੀ ਚੱਕ ਦੇ ਅਤੇ ਚਿੱਟੀਆਂ ਸ਼ਰਟਾਂ ਨੇ 11 ਦੇ ਨੇ ਚੈੱਕ ਕਰੋ ਜੀ ਤਮਾਸ਼ਾ ਹੀ ਹੈ ਰਾਤ ਫੁੱਲ ਜੋਸ਼ ਨਾਲ ਬੈਠੇ ਨੇ ਇੰਦਰ ਚੈੱਕ ਕਰੋ ਜੀ
जी मैं पलंटी हो गई इन बॉल पे फुटबॉल जी अंपायर साहब ने सेंटर इन्हों नाम है वकास हराई।